क्लास नेम इज़ 11th क्लास. माय स्कूल नेम इज़ सरकारी सीनियर सेकेंडरी स्कूल बालसरा. माय फादर नेम इज़ मंगल सिंह. माय मदर नेम इज़ अमरजीत कौर. माय ब्रदर नेम हर्षदीप सिंह. माय सिस्टर नेम इज़ गुरजीत कौर. मेरी बहुत सारियाँ हॉबीज़ ने मेरी सब तो बेस्ट हॉबी है मॉडलिंग. मॉडलिंग मेरी एम है. मैं मॉडलिंग दे विच बहुत अगे जाना चाहनी हाँ. ਸਤਿ ਸ਼੍ਰੀ ਅਕਾਲ ਜੀ, ਸਿਮਰਨਜੀਤ ਕੌਰ ਮੇਰੀ ਬੇਟੀ ਹੈ. ਪਿੰਡ ਸਾਡਾ ਬਲਸਰਾ ਹੈ. ਸ਼ੁਕਰ ਕਰਦੇ ਹਾਂ ਬਾਬਾ ਜੀ ਦਾ. ਅਸੀਂ ਬਹੁਤ ਮਿਹਨਤ ਕਰਦੇ ਹਾਂ, ਮਿਹਨਤ ਕਰਕੇ ਬੱਚੇ ਪੜ੍ਹਾ ਰਹੇ ਹਾਂ. ਅਸੀਂ ਬਹੁਤ ਸਾਡੇ ਘਰ ਦਾ ਗਰੀਬ ਬੰਦੇ ਹਾਂ. ਅਸੀਂ ਮਿਹਨਤ ਕਰਕੇ ਬੱਚੇ ਪੜ੍ਹਾ ਰਹੇ ਹਾਂ. ਇਹਨਾਂ ਨੂੰ ਸਕੂਲ ਕਲਾਈ ਦਾ, ਇਹਨਾਂ ਨੂੰ ਅਸੀਂ ਹਰ ਇੱਕ ਚੀਜ਼ ਇਹਨਾਂ ਨੂੰ ਲੈ ਕੇ ਦੇਈ ਦੀ. ਬੱਚਿਆਂ ਨੂੰ ਆਖਿਆ ਕਿਸੇ ਦੇ ਚੀਜ਼ ਤੋਂ ਰਹਿਣ ਨਾਲ. ਅਸੀਂ ਮਾਲਕ ਗਾੜੀ ਸ਼ੁਕਰ ਕਰਦੇ ਹਾਂ ਇਹੋ ਵੀ ਸਾਡੇ ਬੱਚੇ ਗਾਂਹ ਤੋਂ ਗਾਂਹ ਤਰੱਕੀ ਲੈ ਕੇ ਵਧਣ. ਸੱਤਵੀਂ ਕਲਾਸ ਤੋਂ ਚੌਂਕੇ ਦਾ ਕੰਮ ਕਰ ਲੈਂਦੀ ਜੀ. ਅਸੀਂ ਬਾਹਰ ਅੰਦਰ ਦਾ ਕਰੀਦਾ ਸੀ. ਆਪਣਾ ਘਰ ਬਹੁਤ ਸੰਭਾਲਦੀ ਸੀ. ਆਪਣੇ ਕੱਪੜੇ ਪ੍ਰੈੱਸ ਕਰਦੀ ਸੀ, ਆਪਣੇ ਸਿਲਾਈ ਵੀ ਕਰਦੀ ਆ, ਕਢਾਈ ਵੀ ਕਰ ਲੈਂਦੀ ਆ. ਆਪਣੇ ਬੱਚੇ ਬਹੁਤ ਇਹ ਕੰਮ ਆਪਾਂ ਕਰ ਲੈਂਦੀ. ਘਰ ਬੂਹਾ ਸਾਰਾ ਇਹਦੇ ਸਿਰ 'ਤੇ ਹੀ ਆ ਸਾਡਾ ਚੱਲ ਰਿਹਾ. ਅਸੀਂ ਤਾਂ ਅੰਦਰ ਰਹਿੰਦੇ ਸੀ ਡੇਰੇ 'ਚ ਲੋਕਡਾਊਨ 'ਚ. ਅਸੀਂ ਉੱਥੇ ਰਹੇ ਹਾਂ 2 ਸਾਲ. ਅਸੀਂ ਤਾਂ ਮਾਲਕ ਗਾੜੀ ਸ਼ੁਕਰ ਕਰਦੇ ਹਾਂ ਵੀ ਇੱਦਾਂ ਦੇ ਧੀਆਂ ਪੁੱਤ ਹੋਣ ਤਾਂ ਆਪਣਾ ਕਾਰੋਬਾਰ ਚੁੱਕਣ. ਸਕੂਲ ਵੀ ਜਾਂਦੀ ਆ, ਪੜ੍ਹਾਈ ਵੀ ਕਰਦੀ ਆ, ਘਰ ਦਾ ਵੀ ਕਰਦੀ ਆ ਸਾਰਾ. ਅਤੇ ਬਹੁਤ ਮਾਲਕ ਗਾੜੀ ਸ਼ੁਕਰ ਕਰਦੇ ਹਾਂ ਵੀ ਬਾਬਾ ਜੀ ਇਹਨਾਂ ਨੂੰ ਚੰਗੇ ਕੰਮ 'ਤੇ ਲਾਈ ਅਤੇ ਤਰੱਕੀ ਵਧਾਈ ਇਹਨਾਂ ਦੀ ਬਾਬਾ ਜੀ. ਇਹਦੇ ਪਾਪਾ ਬਾਹਰ ਕੰਮ ਕਰਦੇ ਕੰਪਨੀ 'ਚ, ਅਤੇ ਅਸੀਂ ਵੀ ਕੰਮ ਕਰਦੇ ਹਾਂ ਘਰ ਦਾ. ਅਤੇ ਵੈਲਡਿੰਗ ਦਾ ਕੰਮ ਕਰਦੇ ਇਹਦੇ ਪਾਪਾ, ਅਤੇ ਦਿਹਾੜੀ ਦੱਪਾ ਵੀ ਲਾ ਲੈਂਦੇ ਜਦੋਂ ਕੰਮ ਕਰਦੇ ਆ. ਇਹਨੂੰ ਮੋਲਡਿੰਗ ਦਾ ਬਹੁਤ ਸ਼ੌਂਕ ਆ. ਇਹਦਾ ਸ਼ੌਂਕ ਅਸੀਂ ਪੂਰਾ ਕਰ ਰਹੇ ਹਾਂ. ਮਾਲਕ ਕਾਰੀ ਵੀ ਇਹਨੂੰ ਤਰੱਕੀ ਦੇਵੇ, ਵਧਾਵੇ ਬਾਬਾ ਜੀ. ਅਸੀਂ ਇਹੋ ਹੀ ਦੁਆ ਕਰਦੇ ਹਾਂ ਮਾਲਕ ਦੀ, ਸਤਿਗੁਰੂ ਦੀ. ਪਾਸ ਹੋਈ ਸੀ. ਇਹ ਮੇਰੇ ਘਰਦਿਆਂ ਨੂੰ ਅਤੇ ਮੇਰੇ ਸਕੂਲ ਵਾਲਿਆਂ ਨੂੰ ਬਹੁਤ ਮਾਣ ਹੈ, ਕਿਉਂਕਿ ਮੈਂ ਹਰੇਕ ਕੰਪੀਟੀਸ਼ਨ ਦੇ ਵਿੱਚ ਭਾਗ ਲੈਂਦੀ ਹਾਂ ਅਤੇ ਮੈਂ ਫਸਟ ਹੀ ਆਉਂਦੀ ਹਾਂ. ਇਸ ਲਈ ਮੇਰੇ ਘਰਦਿਆਂ ਨੂੰ ਬਹੁਤ ਹੀ ਮੇਰੇ 'ਤੇ ਮਾਣ ਹੈ. ਮੇਰਾ ਫੇਵਰਟ ਸਬਜੈਕਟ ਆ ਇਕਨੋਮੀਅਸ. ਇਕਨੋਮੀਅਸ ਮਾਈ ਫੇਵਰਟ ਸਬਜੈਕਟ. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਸ਼ਦੀਪ ਸਿੰਘ. ਸਾਡਾ ਪਿੰਡ ਬਲਸਰਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈਗਾ ਵਾ. ਮੇਰੀ ਸਿਸਟਰ ਸਿਮਰਜੀਤ ਕੌਰ ਇਹ ਸਿਲੈਕਟ ਹੋਈ ਆ ਉਹਦੇ ਵਿੱਚ ਮੋਡਲਿੰਗ ਦੇ ਵਿੱਚ, KKHD ਵਿੱਚ ਸਿਲੈਕਟ ਹੋਈ ਆ ਮੋਡਲਿੰਗ ਦੇ ਵਿੱਚ. ਇਹਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਵਾਂ. ਇਹਨੂੰ ਮੈਂ ਅੱਗੇ ਕਹੂੰਗਾ, ਮਾਲਕ ਜੀ ਨੇ ਹੱਥ ਜੋੜਦਾ ਬੇਨਤੀ ਕਰਦਾ ਇਹਦਾ ਹੋਰ ਤਰੱਕੀ ਹੋਵੇ ਜੀ. ਸਤਿ ਸ਼੍ਰੀ ਅਕਾਲ ਜੀ, ਇਹ ਬਹੁਤ ਬੜਾ
ਸੋਹਣਾ ਕਰਦੀ ਆ, ਪੜ੍ਹਾਈ 'ਚ ਬੜੀ ਤੇਜ਼ ਜਾਂਦੀ ਆ, ਆਪਣੇ ਸਾਰੇ ਆਖਾਂ ਮੰਨਦੀ ਆ, ਸੁਣਦੀ ਸਾਰਿਆਂ ਦੀ ਗੱਲਬਾਤ। ਜਿਹਨੇ ਮੇਰੇ ਬਹੁਤ ਹੀ ਮੈਨੂੰ ਪਿਆਰ ਕਰਦੇ ਨੇ, ਇਹਨਾਂ ਦੀ ਏਜ 39 ਸਾਲ ਹੈ, ਇਹ ਮੇਰਾ ਬਹੁਤ ਹੀ ਜ਼ਿਆਦਾ ਕੇਅਰ ਕਰਦੇ ਨੇ, ਮੇਰਾ ਬਹੁਤ ਜ਼ਿਆਦਾ ਮੇਰੇ ਨਾਲ ਪਿਆਰ ਕਰਦੇ ਨੇ। ਪ੍ਰਿੰਸੀਪਲ ਨਰਿੰਦਰ ਕੌਰ, ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਲਸਰਾਏ, ਬਲੋਕ ਰਈਆ 1, ਡਿਸਟ੍ਰਿਕਟ ਅੰਮ੍ਰਿਤਸਰ। ਅੱਜ ਸਾਡੇ ਕੋਲ ਕਿਸਮੇ ਕਿਤਨਾ ਹੈ ਦਮ ਪ੍ਰੋਗਰਾਮ ਦੇ ਅੰਡਰ, ਜਿਹੜਾ ਕਿ ਦੂਰਦਰਸ਼ਨ ਦੇ ਉੱਪਰ ਪ੍ਰਸਾਰਿਤ ਹੋ ਰਿਹਾ ਹੈ, ਉਹਨਾਂ ਦੀ ਟੀਮ ਸਾਡੇ ਕੋਲ ਪਹੁੰਚੀ ਔਰ ਉਹਨਾਂ ਨੇ ਸਾਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸਾਡੇ ਸਕੂਲ ਦਾ ਇੱਕ ਬੱਚਾ ਜਿਹਨੇ ਕਿ ਪਿਛਲੇ ਦਿਨਾਂ ਦੇ ਦੌਰਾਨ ਉਸ ਮਾਡਲਿੰਗ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਸੀ ਔਰ ਉਸ ਦੇ ਵਿੱਚ ਅੱਜ ਉਹ ਬੱਚਾ 5ਵੇਂ ਰਾਊਂਡ ਵਿੱਚ ਪਹੁੰਚ ਚੁੱਕਾ ਹੈ, ਵਿਚ ਇਜ਼ ਕੰਸਿਡਰਡ ਟੂ ਬੀ ਅ ਫਾਈਨਲ ਰਾਊਂਡ, ਆਲਮੋਸਟ ਫਾਈਨਲ, ਜਿਹਦੇ ਵਿੱਚੋਂ ਗ੍ਰੈਂਡ ਫਿਨਾਲੇ ਦੇ ਲਈ ਬੱਚੇ ਅੱਗੇ ਜਾਣੇ ਹਨ। ਸੋ ਮੈਂ ਇਸ ਗੱਲ ਦੇ ਲਈ ਬਹੁਤ ਹੀ ਮਾਣ ਮਹਿਸੂਸ ਕਰ ਰਹੀ ਹਾਂ ਕਿ ਮੇਰੇ ਸਕੂਲ ਦਾ ਬੱਚਾ ਪੂਰੇ ਇਸ ਬਿਆਸ ਦੇ ਵਿੱਚ ਰਈਆ 1 ਬਲੋਕ ਦੇ ਅੰਡਰ ਇਕਲੌਤਾ ਬੱਚਾ, ਜਿੱਦਾਂ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਇਕਲੌਤਾ ਬੱਚਾ ਹੀ ਇਸ ਪੂਰੇ ਬਲੋਕ ਦੇ ਵਿੱਚ ਮਾਡਲਿੰਗ ਕੰਪੀਟੀਸ਼ਨ ਦੇ ਅੰਡਰ ਫਾਈਨਲ ਰਾਊਂਡ ਦੇ ਵਿੱਚ ਪਹੁੰਚ ਚੁੱਕਾ ਹੈ। ਗੱਲ ਕਰਾਂ ਮੈਂ ਆਪਣੇ ਸਕੂਲ ਦੀ ਤਾਂ ਮੈਂ ਇਸ ਸਕੂਲ ਦੇ ਵਿੱਚ 2017 ਦੇ ਵਿੱਚ ਜੁਆਇਨ ਕੀਤਾ ਸੀ। ਸਭ ਤੋਂ ਪਹਿਲਾਂ ਜਦੋਂ ਤੁਸੀਂ ਸਕੂਲ ਦੇ ਵਿੱਚ ਐਂਟਰ ਕਰਦੇ ਹੋ ਤਾਂ ਮੈਨੂੰ ਲੱਗਦਾ ਕਿ ਇੱਕ ਸਕੂਲ ਦੀ ਬਿਲਡਿੰਗ ਅਟਰੈਕਟ ਕਰਦੀ ਹੈ ਕਿ ਇੰਨੀ ਸੋਹਣੀ ਬਿਲਡਿੰਗ ਇਨਫਰਾਸਟ੍ਰਕਚਰ ਵਾਈਜ਼, ਸਕੂਲ ਦਾ ਐਂਟਰੈਂਸ ਗੇਟ ਤੋਂ ਲੈ ਕੇ ਪੂਰੇ ਕਲਾਸਰੂਮਸ, ਮੈਨੂੰ ਨਹੀਂ ਲੱਗਦਾ ਕਿ ਨੋ ਡਾਊਟ ਅੱਜ ਦੀ ਡੇਟ ਵਿੱਚ ਸਾਡੇ ਸਾਰੇ ਹੀ ਸਕੂਲ ਬਹੁਤ ਅੱਛੇ ਬਣੇ ਹੋਏ ਹਨ, ਪਰ ਹਰ ਇੱਕ ਨੂੰ ਜਿਵੇਂ ਆਪਣਾ ਘਰ ਪਿਆਰਾ ਹੁੰਦਾ ਹੈ ਤਾਂ ਮੈਨੂੰ ਵੀ ਆਪਣਾ ਸਕੂਲ ਬਹੁਤ ਚੰਗਾ ਲੱਗਾ ਜਦੋਂ ਮੈਂ ਸਕੂਲ ਦੇ ਵਿੱਚ ਜੁਆਇਨ ਕੀਤਾ। ਮੇਰੇ ਸਕੂਲ ਦੀ ਬਿਲਡਿੰਗ ਇਨਫਰਾਸਟ੍ਰਕਚਰ, ਇਸ ਤੋਂ ਇਲਾਵਾ ਪੜ੍ਹਾਈ ਦਾ ਮਿਆਰ ਜਿਹੜਾ ਕਿ ਸਭ ਤੋਂ ਇੰਪੋਰਟੈਂਟ ਹੈ ਅਤੇ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ, ਇਹ ਇਸੇ ਦਾ ਹੀ ਨਤੀਜਾ ਹੈ ਕਿ ਅੱਜ ਮੇਰੇ ਸਕੂਲ ਦਾ ਬੱਚਾ ਮਾਡਲਿੰਗ ਦੇ ਵਿੱਚ ਫਾਈਨਲ ਰਾਊਂਡ ਵਿੱਚ ਪਹੁੰਚ ਚੁੱਕਾ ਹੈ। ਇਹ ਕੋਈ ਪਹਿਲੀ ਪ੍ਰਾਪਤੀ ਨਹੀਂ ਹੈ, ਮੇਰੇ ਸਕੂਲ ਦੇ ਵਿੱਚ, ਸਾਡੇ ਸਕੂਲ ਦੇ ਵਿੱਚ ਜਿੰਨੇ ਵੀ ਕੰਪੀਟੀਸ਼ਨ ਅੱਜ ਤੱਕ ਹੁੰਦੇ ਰਹੇ ਹਨ ਸਾਡੇ ਸਕੂਲ ਨੇ ਅਕਸਰ ਹੀ ਮੱਲਾਂ ਮਾਰੀਆਂ ਹਨ। ਪੜ੍ਹਾਈ ਦੇ ਨਾਲ ਨਾਲ ਇਹ ਜਿਹੜੀਆਂ ਕਲਚਰਲ ਐਕਟੀਵਿਟੀਜ਼ ਨੇ ਇਹ ਬੱਚਿਆਂ ਨੂੰ ਤਰਾਸ਼ਦੀਆਂ ਹਨ ਆਉਣ ਵਾਲੇ ਸਮੇਂ ਵਿੱਚ, ਆਉਣ ਵਾਲੇ ਸਮੇਂ ਵਾਸਤੇ ਉਹਨਾਂ ਦੀ ਤਿਆਰੀ ਹੁੰਦੀ ਹੈ। ਪੜ੍ਹਾਈ ਦੇ ਨਾਲ ਨਾਲ ਇਹ ਕਲਚਰਲ ਐਕਟੀਵਿਟੀਜ਼ ਜਿਹੜੀਆਂ ਨੇ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹਨ ਬਿਕੋਜ਼ ਦੇ ਬਿਲਡ ਕੌਨਫੀਡੈਂਸ ਇਨ ਦਾ ਸਟੂਡੈਂਟਸ। ਸੋ ਮੈਂ ਇੰਨਾ ਹੀ ਕਹਿੰਦੇ ਹੋਏ ਇਸ ਗੱਲ ਦੇ ਲਈ ਵਧਾਈ ਦਿੰਦੀ ਹਾਂ ਚੈਨਲ ਨੂੰ ਵੀ ਔਰ ਕਿਸਮੇ ਕਿਤਨਾ ਹੈ ਦਮ ਪ੍ਰੋਗਰਾਮ ਦੀ ਟੀਮ ਨੂੰ ਵੀ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇਹਨਾਂ ਬੱਚਿਆਂ ਦਾ ਟੈਲੈਂਟ ਜਿਹੜਾ ਹੈਗਾ ਉਹ ਨਿਖਰ ਕੇ ਆਇਆ ਹੈ। ਕਾਫੀ ਬੱਚਿਆਂ ਨੇ ਪਾਰਟੀਸੀਪੇਟ ਕੀਤਾ ਹੈ ਔਰ ਐਟਲੀਸਟ ਬੱਚਿਆਂ ਨੂੰ ਇਹ ਪਤਾ ਚੱਲਿਆ ਹੈ ਕਿ ਅਸੀਂ ਵੀ ਕੁਝ ਕਰ ਸਕਦੇ ਹਾਂ, ਸਾਡੇ ਵਿੱਚ ਟੈਲੈਂਟ ਹੈ ਔਰ ਉਸ ਟੈਲੈਂਟ ਨੂੰ ਨਿਖਾਰਨ ਦੀ ਲੋੜ ਹੈ ਹੁਣ। ਸੋ ਕੁਝ ਬੱਚਿਆਂ ਦੇ ਵਿੱਚ ਇਨਹੈਰੀਟਿਡ ਟੈਲੈਂਟ ਹੁੰਦਾ ਅਤੇ ਕੁਝ ਬੱਚਿਆਂ ਨੂੰ ਕੁਝ ਟੈਲੈਂਟ ਨੂੰ ਅਚੀਵ ਕਰਨਾ ਪੈਂਦਾ, ਉਹਨੂੰ ਪ੍ਰਾਪਤ ਕਰਨਾ ਪੈਂਦਾ। ਉਹਦੇ ਲਈ ਮਿਹਨਤ ਕਰਕੇ ਅਗਰ ਬੱਚਾ ਡਿਟਰਮਿਨਡ ਹੋ ਜਾਏ ਕਿ ਮੈਨੂੰ, ਔਰ ਇਹਦੇ ਵਿੱਚ ਇੱਕ ਅਲੱਗ ਹੀ ਖੁਸ਼ੀ ਹੈ
किसी नूं सिंगिंग करके खुशी मिलती है, किसी नूं डांस दे विच खुशी मिलती है। सो हर बच्चे का अपना अपना टेस्ट है। इन बच्चों नूं एक वड्डा प्लेटफॉर्म दिता गया है कि तुसी इस प्लेटफॉर्म ते आओ ते अपना टैलेंट शो करो। और ये कोई एक नहीं सी एक्टिविटी, देयर आर सो मैनी एक्टिविटीज़ कि जो भी तुहाडे च टैलेंट हैगा तुसी वो टैलेंट दिखाना है। भावें तुसी सिंगिंग करनी है, तुसी शब्द बोलना है, तुसी डांस करना है, तुसी स्पीच देनी है, कविश्री करनी है, इवन एक्टिंग, मॉडलिंग। सो बहुत ज़्यादा लार्ज स्केल दे उपर बच्चों के टैलेंट नू शो किया गया है। और ये एक बहुत वधिया उपराला है कि मैं चाहवांगी कि ये कॉन्टीन्यू रहे, अरे वधदा फुलदा रहे। और आई विश ऑल द सक्सेस फॉर दिस प्रोग्राम। और मैं बधाई दिनी हाँ और मैं प्राउड फील करती हूँ अपने बच्चे वास्ते। अगर असी भी मेहनत करिए, अगर साडे विच कोई टैलेंट है उहदे प्रति समर्पित होवांगे, मेहनत करांगे, सानू सफलता जरूर मिलेगी। इज इट ट्रू? यस। सो आपां देखदे हां स्कूल दे विच भी, स्कूल तों बाहर भी अपने कई तरह के कॉम्पीटिशन हुंदे रहिंदे आ। और हमेशा ही साडे स्कूल दे बच्चियां ने स्कूल नूं प्राउड मोमेंट्स दित्ते आ। किन्ने ही तरह के प्राइज आप जीत के लैके आने, बी इट साइंस कॉम्पीटिशन, बी इट अपना रिटन कॉम्पीटिशन, डेक्लामेशन कॉन्टेस्ट, ये भी एक उस कड़ी का हिस्सा है। सो वी विश हर ऑल द वेरी बेस्ट। ठीक है, सो कंग्रेचुलेशन। Myself, Sukhvinder Singh Chola, Vice Principal, Senior Secondary School, Balsarai, District Amritsar. Jivein ki aaj mere school de vich eh Doordarshan di team pahunchi hai, mainu bahut maan hoya va inna bachiyan te, apne staff te, aur is team te, ke is team ne saade bachiyan vich jehdi chupi hoi talent si, chupe hoi raaz si, unhan nu inna ku ubharya कि जेड़े अजे बालसरा स्कूल तक सीमित सी, तहसील तक सीमित सी, या डिस्ट्रिक्ट तक सीमित सी, इन्हां नूं सारे पंजाब दे विच उभारन दे विच इस टीम ने उपराला किया। बहुत तगड़ी इन्हां दी एक हिम्मत है कि बच्चे अंदर छुपी हुई टैलेंट नूं पंजाब दे रिमोट एरिए च घर घर कोने तक पहुँचा दिता। असीं बहुत इस टीम दे धन्नवादी हाँ। और नाल सब तो ज़्यादा प्रिंसीपल नरेंद्र कौर जी, मेरा स्टाफ लैक्चरर अमन जी, जिन्हां ने बच्चों और दूजा स्टाफ भी इन्नी वधिया मेहनत कराते हैं कि जिस तरह कोई बयान ही नहीं किया जा सकता। जिस तरह मेरे प्रिंसीपल साहब ने दसिया कि इस स्कूल की बिल्डिंग की दिख,
मैं एक बिल्डिंग तक की दिख तक सीमित नहीं, तुसी मेरे इलाके दे डिस्ट्रिक्ट दे विच जाके इस स्कूल दे बारे परंपरा का पता लाओ कि ए बच्चे दी ऑलराउंडर डिवेलपमेंट बारे जो भी यतन हो सकता सिर तोड़ दिन रात यतन करते हैं। मेरे स्कूल का असी गौरमेंट के स्कूल के टाइम मुताबक नहीं चलते कि 8 बजे स्कूल लग गया 3 बजे खत्म हो गया। मेरा स्टाफ सवेर 7 बजे भी तुहानू मिल जाएगा, शाम को 7 बजे भी तुहानू तत्पर बच्चों के जो अंदर छुपया वा उन्होंने टेलेंट बाहर कढ़ने वास्ते तत्पर हमेशा ही तैयार रहिंदा वा। पढ़ाई के मसले च देख लो, खेडां दे मसले च देख लो, ताडे सामने है कि जिस तरह मेरे स्कूल की बच्ची प्लस वन की बच्ची सिमरनजीत कौर ने अज टेलेंट सामने लैके आंदा, इस तरह होर बच्चे भी काफ़ी ने। और बार बार मैं फिर इस टीम का दूरदर्शन की टीम का बहुत बहुत धन्यवादी हाँ जिन्होंने साडे स्कूल का और साडे बच्चे का नाम रोशन किया। लैक्चरर अमनदीप कौर गौरमेंट सीनियर सैकेंडरी स्कूल बलसराई तो जिमें कि इंचार्ज होने के नाते 11वीं क्लास की विद्यार्थन सिमरनजीत कौर का सानू पता लग गया कि वह किसमें कितना है दम शो दे विच। पहला उन्हें इत्थे पार्टिसिपेट किया, हौली हौली हुण तक फाइनल राउंड च पहुँच चुकी आ, उदी सानू बहुत ज़्यादा खुशी आ। जे पढ़ाई बारे गल करिए पढ़ाई दे विच ये नहीं आपां कह सकते भी आपां कंपैरिजन कर सकते हैं बच्चों का, हर बच्चे की आपकी इंटलैक्चुअल एबिलिटी हुंदी आ किसी चीज़ नूं लैके इंडिविजुअल डिफरेंसिस होंगे आ बच्चों के। मतलब पढ़ाई दे विच देखा जावे एक एवरेज स्टूडेंट होंदे होए भी वह होर फील्ड दे विच बहुत कुछ चंगा कर सकती आ, जिदा कि तुहानू पता ही आ मॉडलिंग दे फाइनल राउंड चो पहुँच चुकी आ। सानू बहुत ज़्यादा माण महसूस होया, असी तुहाडी टीम दा इत्थे आउण ते बहुत बहुत धन्नवाद करते हैं कि साडे स्कूल दे बच्चे नूं इन्ने स्टेज ते परफॉर्म करन दा तुसी मौका दिता। फिर साढ़े स्कूल विच KKHD वाली टीम आई तो मैं भी स्कूल दे विच फार्म ही भरिया सी, मेरे घर दे मैनू अलाउ नहीं सी कीता, फिर हुण बाद विच मेरे घर दे नाल अलाउ कीता ते मैं फस्ट राउंड ऑनलाइन दिता सी ते सैकेंड राउंड मैं रैया स्कूल विच दिता सी, थर्ड राउंड विच भी मैं पास हो गई, फोर्थ राउंड गोंदवाल साहब दिता, सैमीफाइनल विच भी मैं फस्ट आई, फाइनल राउंड विच भी मैं फस्ट आवा ते अपने घर दे ते स्कूल दा नाम रोशन करा। थैंक यू KKHD।